ਨਹੀਂ ਵਿਚਾਲੇ ਖੜੇ ਕੋਈ ਗੱਲ ਨੀ, ਕੋਈ ਗੱਲ ਨੀ ਵੀਰ, ਕੋਈ ਗੱਲ ਨੀ, ਕੋਈ ਗੱਲ ਨੀ, ਕੀ ਨੀ ਖੜੇ ਮਾਰਦਾ ਇੱਧਰ ਲਿਆ ਇਹ ਹਾਰ ਗਿਆ ਵੇਖੋ ਮੈਂ ਇਮਾਨਦਾਰ ਨਾਲ ਡਿਊਟੀ ਕਰਨ ਵਾਲਾ ਪੁਲਿਸ ਅਫਸਰ ਆ ਵੇਖੋ ਇਹ ਹਾਲਾਤ ਕੋਈ ਗੱਲ ਨੀ, ਕੋਈ ਗੱਲ ਨੀ ਵੀਰ, ਕੋਈ ਗੱਲ ਨੀ, ਕੀ ਨੀ ਖੜੇ ਖੜੇ ਭਰਾ ਆਪਣੇ ਖੜੇ ਕੀ ਹੋਇਆ ਦੱਸੋ ਦੱਸੋ ਇਹ ਐਸ ਏ ਬਲਵਿੰਦਰ ਸਿੰਘ ਥਾਪਰ ਚੌਂਕ 'ਚ ਡਿਊਟੀ 'ਤੇ ਸੀਗਾ ਜਿਹੜਾ 4 ਵਜੇ ਕਰੀਬ ਸ਼ਾਮ ਨੂੰ ਇੱਕ ਨੋਵਾ ਕਾਰ ਚੰਡੀਗੜ੍ਹ ਨੰਬਰ ਦੀ ਸੀਗੀ CH01CE4024 ਜੋ ਭੁਪਿੰਦਰ ਸਿੰਘ ਨਾਂ ਦਾ ਵਿਅਕਤੀ ਚਲਾ ਰਿਹਾ ਸੀਗਾ ਜਿਹਨੇ ਰੋਂਗ ਪਾਰਕਿੰਗ ਕਰਕੇ ਗੱਡੀ ਖੜੀ ਕੀਤੀ ਸੀ ਜਿਹਦੇ ਕਰਕੇ ਏ ਐਸ ਬਲਵਿੰਦਰ ਸਿੰਘ ਨਾਲ ਕਹਾਸੁਣੀ ਹੋਈ ਅਤੇ ਉਸ ਤੋਂ ਬਾਅਦ ਏ ਐਸ ਬਲਵਿੰਦਰ ਸਿੰਘ ਨੇ ਉਹਦਾ ਚਲਾਨ ਕਰਤਾ ਅਤੇ ਸਰ ਉਹਦੇ 'ਤੇ ਇੱਕ ਸਟਿੱਕਰ ਵੀ ਲੱਗਾ ਹੋਇਆ ਸੀਗਾ MLA ਦੇ ਨਾਮ 'ਤੇ ਜੋ ਇਹ ਜਿਹੜਾ ਤੁਸੀਂ ਕਹਿ ਰਹੇ ਹੋ ਵੀ MLA ਦਾ ਸਟਿੱਕਰ ਲੱਗਿਆ ਸੀਗਾ ਇਹਦੇ ਬਾਰੇ ਚਲਾਨ ਜਿਹੜਾ ਏ ਐਸ ਬਲਵਿੰਦਰ ਸਿੰਘ ਨੇ ਕੀਤਾ ਉਹੀ ਦੱਸ ਸਕਦਾ ਵੀ ਕਿਹੜਾ ਸਟਿੱਕਰ ਸੀਗਾ ਕਿਸ ਤਰ੍ਹਾਂ ਦਾ ਸਟਿੱਕਰ ਸੀਗਾ ਉਹੀ ਦੱਸ ਸਕਦਾ।